अज जिहड़ियां किसानी दियां दरवेश समस्यावां ने उहदे प्रति पूरे पंजाब दा ते देश दा किसान जागरूक हो चुक्या है। उहदे संबंधी अज जिहड़ा मोदी दी सरकार ने साडे नाल वादा खिलाफी की है, लखीमपुर खीरी दे जिहड़े दोषी आ जे मिसरा वर्गी ਉਹ ਜਵਾਨਤਾਂ ਤੋਂ ਬਾਹਰ ਹੈ ਅਤੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਪਰਿਵਾਰ ਆ ਕੇ ਜੀ ਗਵਾ ਚੁੱਕਿਆ ਅੰਦੋਲਨ ਦੌਰਾਨ ਉਹਨਾਂ ਨੂੰ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ। ਸੋ ਕੇਂਦਰ ਸਰਕਾਰ ਨੇ ਵਾਅਦਾ ਕਰਿਆ ਸੀ ਵੀ ਜਿਹੜੇ ਸ਼ਹੀਦ ਹੋਏ ਕਿਸਾਨ ਆ ਅੰਦੋਲਨ ਦੇ ਵਿੱਚ ਉਹਨਾਂ ਲਈ ਇਹਨਾਂ ਨੇ ਕੋਈ ਸਹੂਲਤ ਨਹੀਂ ਦਿੱਤੀ ਗਈ, ਉਹ ਵਾਅਦੇ ਤੋਂ ਭੱਜੇ ਆ। ਜਿਹੜੀ MSP ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਪੂਰੇ ਦੇਸ਼ ਦੇ ਕਿਸਾਨਾਂ ਨਾਲ ਇਹਨਾਂ ਨੇ ਵਾਅਦਾ ਖਿਲਾਫੀ ਕਰੀ ਹੈ। ਅੰਦੋਲਨ ਦੇ ਦੌਰਾਨ 505 ਮੈਂਬਰੀ ਕਮੇਟੀ ਜਿਹੜੀ ਬਣਾਉਣ ਦੀ ਗੱਲ ਵੀ ਕਰੀ ਸੀ। ਅੱਜ ਬੜੀ ਹਾਸੋਹੀਨ ਸਥਿਤੀ ਆ ਵੀ ਜਿਹੜਾ ਸਾਡਾ ਖੇਤੀਬਾੜੀ ਮੰਤਰੀ ਆ ਉਹ ਕਹਿੰਦਾ ਅਸੀਂ ਤਾਂ ਹਾਲੇ ਕਿਸਾਨਾਂ ਨੇ ਨਾਂ ਹੀ ਨਹੀਂ ਪੇਸ਼ ਕਰੇ। ਸੋ ਪਹਿਲਾਂ ਆਲਰੇਡੀ ਕਿਸਾਨਾਂ ਦੇ ਨਾਂ ਅਸੀਂ ਸੰਯੁਕਤ ਸਕੀਮ ਵੱਲੋਂ ਦੇ ਚੁੱਕੇ ਹਾਂ। ਸੋ ਸਰਕਾਰ ਦੇ ਜਿਹੜੀ ਦੋਗਲਾ ਚਿਹਰਾ ਉਹ ਬਾਹਰ ਆ ਚੁੱਕਿਆ, ਸਾਬਤ ਹੋ ਚੁੱਕਿਆ ਗਾ ਵੀ ਸਰਕਾਰ ਆ ਜਿਹੜੀ ਉਹ ਕਿਸਾਨ ਵਿਰੋਧੀ ਆ। ਸੋ ਇਸ ਕਰਕੇ ਵਿਸ਼ਵਾਸਘਾਤ ਦਿਨ 31 ਤਰੀਕ ਨੂੰ 31 ਜੁਲਾਈ ਨੂੰ ਮਨਾ ਰਹੇ ਹਾਂ। ਪੂਰੇ ਦੇਸ਼ ਦੇ ਵਿੱਚ 545 ਜ਼ਿਲ੍ਹਿਆਂ ਦੇ ਵਿੱਚ ਮੁਕੰਮਲ ਤੌਰ 'ਤੇ ਚੱਕਾ ਜਾਮ ਹੈ। ਸੋ ਬੇਨਤੀ ਇੱਥੇ ਵੀ ਕਰਨਾ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਮੁਹਿੰਮ ਨੂੰ ਸਫਲ ਬਣਾਈਏ ਅਤੇ ਇੱਥੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਨਾਲ ਸੈਂਕੜੇ ਗਿਣਤੀ ਲੋਕ ਜੁੜਿਆ, ਇਕਾਈ ਦੀ ਚੋਣ ਹੋਈ ਆ, ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਸ਼ਾਮਿਲ ਹੋਏ ਆ, ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆਰਮੀ 'ਚ ਸੇਵਾ ਨਿਭਾ ਚੁੱਕੇ ਅਮਰਜੀਤ ਸਿੰਘ, ਇਹਨਾਂ ਨੂੰ ਸਰਕਲ ਵਧਾਉਣ ਦਾ ਜਿਹੜਾ ਪ੍ਰੈਜੀਡੈਂਟ ਲਾਇਆ ਗਿਆ ਗਾ ਅਤੇ ਇੱਥੋਂ ਇਕਾਈ ਦੇ ਟਕਸਾਲੀ ਬਜ਼ੁਰਗ ਉਹਨਾਂ ਨੂੰ ਵੀ ਦਿੱਤੇ ਗਏ ਅਤੇ ਨੌਜਵਾਨਾਂ ਨੂੰ ਵੀ। ਸੋ ਵੱਡੀ ਗਿਣਤੀ 'ਚ ਚੋਣ ਹੋਈ ਆ ਅਤੇ ਪਿੰਡ ਨਿਵਾਸੀਆਂ ਨੂੰ ਭਰੋਸਾ ਦਵਾਇਆ ਗਿਆ ਵੀ ਜਿੱਥੇ ਵੀ ਪਿੰਡ ਨਾਲ ਕੋਈ ਧੱਕੇਸ਼ਾਹੀ ਹੋਊਗੀ ਤਾਂ ਨਗਰ ਦੇ ਨਾਲ ਖੜਾਂਗੇ ਜਥੇਬੰਦੀ ਵੱਲੋਂ ਹਰ ਤੌਰ 'ਤੇ ਇਹਨਾਂ ਨੂੰ ਸਹਿਯੋਗ। ਹਾਂਜੀ, ਮੈਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੇ ਸ਼ਹਿਣੇ ਬਲਾਕ ਦਾ ਪ੍ਰਧਾਨ ਆ, ਜਸਵੀਰ ਸਿੰਘ ਸੁਖਪੁਰਾ। ਅਤੇ ਅੱਜ ਜਿਹੜੀ ਅਸੀਂ ਇੱਥੇ ਭਦੌੜ ਦੇ ਨੇੜੇ ਪਿੰਡ ਤਲਵੰਡੀ ਵਿਖੇ ਇਕਾਈ ਦੀ ਚੋਣ ਕੀਤੀ ਹੈ ਅਤੇ ਜ਼ਿਲ੍ਹੇ ਦੀ ਇੱਕ ਤਰ੍ਹਾਂ ਦੀ ਮੀਟਿੰਗ ਵੀ ਕੀਤੀ ਹੈ ਅਤੇ ਇਕਾਈ ਦੀ ਚੋਣ ਦੌਰਾਨ ਸਾਡੇ ਜਥੇਬੰਦੀ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਤਲਵੰਡੀ ਨਿਵਾਸੀ ਜਿਹੜੇ ਜੁੜੇ ਨੇ, ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਅਤੇ ਮੈਂ ਵਿਸ਼ਵਾਸ ਦਿਵਾਉਣਾ ਬਲਾਕ ਪ੍ਰਧਾਨ ਹੋਣ ਦੇ ਨਾਤੇ ਵੀ ਸਾਡੀ ਜਿਹੜੀ ਟੀਮ ਹੈ, ਜ਼ਿਲ੍ਹੇ ਦੀ ਟੀਮ ਹੈ, ਪੰਜਾਬ ਦੀ ਟੀਮ ਹੈ, ਅਤੇ ਇਹਨਾਂ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਖੜੂਗੀ। ਕਿਸਾਨੀ ਹੱਕਾਂ ਦੇ ਲਈ ਅਸੀਂ ਸਾਰੇ ਰਲ ਕੇ ਸੰਘਰਸ਼ਾਂ ਦੇ ਵਿੱਚ ਪੂਰਾ ਯੋਗਦਾਨ ਪਾਵਾਂਗੇ ਅਤੇ ਇਸ ਨਗਰ ਨੂੰ ਵੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮਤਲਬ ਕਿਸਾਨੀ ਮੁੱਦਿਆਂ ਦੇ ਉੱਤੇ ਸਾਡਾ ਸਹਿਯੋਗ ਕਰਨਗੇ। ਸੋ ਇੰਨੀ ਬੇਨਤੀ ਕਰਦਾ, ਵਾਹਿਗੁਰੂ ਜੀ ਖਾਲਸਾ। ਮੈਂ ਅੱਜ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ, ਅਮਰਜੀਤ ਸਿੰਘ ਦੀ ਪ੍ਰੇਰਣਾ ਸਦਕਾ ਕਲੇਰ ਸਾਹਿਬ ਨੂੰ ਅੱਜ ਦੇ ਇਕਾਈ ਪ੍ਰਧਾਨ ਬਣਾਇਆ ਗਿਆ, ਜਿਹਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਸਾਡੇ ਨੌਜਵਾਨ ਵੀਰ, ਬਜ਼ੁਰਗ, ਕਿਸਾਨ, ਮਜ਼ਦੂਰ ਅਤੇ ਜਿਨ੍ਹਾਂ ਦਾ ਏਜੰਡਾ ਹੈ ਦੇਸ਼ ਦੇ ਵਿੱਚ ਜੋ ਸਾਡੀ ਨੌਜਵਾਨੀ ਕਿਸਾਨੀ ਜ਼ਮੀਰ ਅਤੇ ਜ਼ਮੀਨ ਨੂੰ ਬਚਾਉਣ ਦਾ ਏਜੰਡਾ ਹੈ ਉਹ 'ਤੇ ਪੂਰੇ ਉਤਰਨ ਵਾਸਤੇ ਅੱਜ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ, ਮੈਂ ਸੰਪੂਰਨ ਸਿੰਘ ਚੁੰਗਾ, ਸੂਬਾ ਮੀਤ ਪ੍ਰਧਾਨ BKU ਕਾਦੀਆਂ ਇੱਥੇ ਇਕੱਠੇ ਹੋਏ ਹੈ ਔਰ ਅਸੀਂ 31 ਤਰੀਕ ਬਾਰੇ ਤਿਆਰੀ ਕਰ ਰਹੇ ਹਾਂ, ਜਿਹੜੇ ਕਿ ਚੱਕਾ ਜਾਮ ਦਾ ਪ੍ਰੋਗਰਾਮ ਦਿੱਤਾ ਰਿਹਾ ਪਿੰਡ ਪਿੰਡ ਜਾ ਕੇ ਉਸ ਚੀਜ਼ ਨੂੰ ਪ੍ਰੇਰਿਤ ਕਰਕੇ ਲਖਵੀਰਪੁਰ ਖੀਰੀ ਵਾਲਾ ਅਗਨੀ ਪੱਥ ਦੀ ਜੋ ਸਾਡੇ ਨੌਜਵਾਨਾਂ ਨਾਲ ਆਰਮੀ ਦੇ 4 ਸਾਲਾਂ ਵਾਸਤੇ ਭਰਤੀ ਹੋਣ ਦੀ ਗੱਲ ਆ, ਚਾਹੇ ਉਹ ਜਵਾਨੀ ਹੈ, ਚਾਹੇ ਕਿਸਾਨੀ ਆ, ਚਾਹੇ ਸਾਡੇ ਨੌਜਵਾਨਾਂ ਦੀ ਗੱਲ ਆ, ਉਸ ਨੂੰ ਏਕਤਾ ਵਿੱਚ ਪਰੋ ਕੇ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ। ਅੱਜ ਤਲਵੰਡੀ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਨੌਜਵਾਨ ਜੁੜੇ ਨੇ, ਇਕਾਈ ਦਾ ਵਿਸਥਾਰਪੂਰਵਕ ਸੰਗਠਨ ਕੀਤਾ ਗਿਆ। ਮੈਂ ਨਗਰ ਨਿਵਾਸੀਆਂ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਵਿਸ਼ਵਾਸ ਦਿੰਦਾ BKU ਕਾਦੀਆਂ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇਗੀ, ਦੁੱਖ ਦੇ ਸੁੱਖ ਦੇ ਵਿੱਚ ਹਰ ਵਕਤ ਉਹਨਾਂ ਨਾਲ ਹਾਜ਼ਰ ਹੋਵੇਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਕ ਵਿਆਹ ਵਿੱਚ ਗੁਰਦੁਆਰਾ ਤਲਵੰਡੀ ਵਿਖੇ ਅੱਜ ਜੋ ਇਕੱਠ ਹੋਇਆ ਉਹਦੀ ਮੈਂ ਜਨਤਾ ਦੀ ਆਵਾਜ਼ ਦੇ ਚੈਨਲ ਦੇ ਮਾਧਿਅਮ ਰਾਹੀਂ ਇਹ ਵਿਸ਼ਵਾਸ ਦਿਵਾਉਣਾ ਹੈ, ਕਿਉਂ ਇੱਕ ਚੌਥਾ ਥੰਮ ਹੈ ਜਿਹੜਾ ਦੁਨੀਆ ਤੱਕ ਗੱਲ ਪਹੁੰਚਾਉਂਦਾ, ਪਰ ਸੱਚ ਲਿਖਣ ਵਾਲਿਆਂ ਨੂੰ ਫੜਿਆ ਜਾ ਰਿਹਾ, ਝੂਠ ਦਾ ਬੋਲਬਾਲਾ ਹੋ ਰਿਹਾ, ਆਖਿਰ ਜਿੱਤ ਸੱਚ ਦੀ ਹੋਣੀ ਆ। ਇੰਨਾ ਕੁਛ ਕਹਿੰਦਾ ਹਾਂ ਮੈਂ, ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ,
खास करके अमरजीत ते प्रधान जी कलेर साहब न जिन्होंने अज कादियां दे बहुत वड्डी पद्धर से बढ़ोतरी की है जी। ये कुछ दिल के बलबले होंगे है, असी बीके जू कादी इस तो पहले असं किसी भी यूनियन के बतौर एग्जीक्यूटिव मैंबर नहीं सी, पर एक किसान का जो असी जड़ा जमीन के नाल जुड़े हुए हैं बचपन तो, मैं एक सबका फौजी हैं, फौज के आके दिल्ली संघर्ष के मोर्चे पर भी गया है, कुंडली स्टेज मतलब कि स्टेज के उत्ते भी अपनी हाजिरी लवाई है, तो उदों तो मैं संपूर्ण सिंह चूगा जी ने बहुत लंबे समय तो जुड़िया हुआ। बाकी कुछ समाजिक कामों के जगशीर सिंह सीरा जी के नाल भी मिलने का विचरन का मौका मिलया। दिल का बलबला सी कि पिंड इकाई बनाई जाए कि जिमें पहला किसानी बिल रद्द कराए है, कल्ले किसानी बिल नहीं सरकार होर भी लोगों नू काफ़ी गलत कानून बना रही है, उन्हां वास्ते आवाज़ एक आवाज़ पैदा करने वास्ते असी एक कमेटी बनाई है, जिदे नाल मैं इन्हां दी शख्सियत तो प्रभावित होकर संपूर्ण सिंह चुंगा जी की गाइडलाइन के मुताबिक असी कादियां इकाई का गठन किया, तो स्टेट लीडरशिप जिला लीडरशिप के राही सानू जो भी किसानों वास्ते संघर्ष वास्ते कोई प्रोग्राम मिलेगा वो असी बढ़ चढ़ के शमूलीयत तनों मनों तनों शमूलीयत पावांगे, अपनी आवाज़ को बुलंद करांगे।